ਕਾਰੀ ਬਿਨਿਆਮੀਨ ਆਬਦ ਸਾਹਿਬ ਦੀ ਫਰਮਾਇਸ਼ 'ਤੇ ਚੰਦ ਲਮਹਾਤ ਵਾਸਤੇ ਤੁਹਾਡੇ ਸਾਹਮਣੇ ਹਜ਼ਰਤ ਮੌਲਾਨਾ ਮੁਹੰਮਦ ਹੁਸੈਨ ਮਦਨੀ ਸਾਹਿਬ ਤੁਹਾਡੇ ਸਾਹਮਣੇ ਆਉਂਦੇ ਨੇ ਔਰ ਮੁਕਤਸਰ ਵਕਤ ਦੇ ਅੰਦਰ ਆਪਣੇ ਖਿਆਲਾਤ ਦਾ ਇਜ਼ਹਾਰ ਫਰਮਾਉਂਦੇ ਨੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਵਮਾ ਸਾਬਕੁਮ ਮਿਨ ਮੁਸੀਬਤਿਨ ਫਬਿਮਾ ਕਸਬਤ ਅਯਦੀਕੁਮ ਵਯਅਫੂ ਅਨ ਕਸੀਰ। ਮੁਖਤਸਰ ਹਮਦੋ ਸਲਾਤ ਦੇ ਬਾਅਦ ਦਰੂਦੋ ਸਲਾਮ ਸੈਯਦ ਅਲ-ਅਵਲੀਨਾ ਵਲ-ਆਖਰੀਨ ਇਮਾਮ ਅਲ-ਅੰਬੀਆ ਸੈਯਦਨਾ ਜਨਾਬੀ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਤਆਲਾ ਅਲੈਹਿ ਵਅਲਿਹਿ ਵਸੱਲਮ ਦੀ ਜ਼ਾਤੇ ਅਦਸੋ ਅਤਹਰੋ ਆਲਾ ਔਰ ਬਲਵਾਸ। ਸਮੀਨ ਮੁਹਤਰਮ, ਕੁਰਾਨ ਪਾਕ ਦੀ ਜੋ ਆਇਤ ਮੁਬਾਰਕਾ ਮੈਂ ਇਸ ਵਕਤ ਤਿਲਾਵਤ ਕਰ ਚੁੱਕੇ ਹਾਂ, ਇਸ ਆਇਤ ਅੰਦਰ ਅੱਲਾਹ ਤਾਲਾ ਨੇ ਫਰਮਾਇਆ, ਕਾਇਨਾਤ ਦੇ ਲੋਕੋ, ਜਿਹੜਾ ਕੌਮਾਂ 'ਤੇ ਇਨਸਾਨਾਂ 'ਤੇ ਲੋਕਾਂ 'ਤੇ ਅਜ਼ਾਬ ਆਉਂਦਾ ਹੈ ਉਹਨਾਂ ਦੇ ਹੱਥਾਂ ਦੇ ਅਮਲਾਂ ਦੀ ਵਜ੍ਹਾ ਤੋਂ। ਔਰ ਅੱਲਾਹ ਫਰਮਾਉਂਦੇ ਨੇ ਬਹੁਤ ਸਾਰੀਆਂ ਗਲਤੀਆਂ ਗੁਨਾਹ ਜਿਹੜੇ ਅਸੀਂ ਮੁਆਫ ਹੀ ਕਰ ਦਿੰਦੇ ਹਾਂ। ਵਕਤ ਦੀ ਕਿੱਲਤ ਦੇ ਪੇਸ਼ੇ ਨਜ਼ਰ ਅੱਲਾਹ ਦੇ ਅਜ਼ਾਬ ਦੇ ਆਉਣ ਦੀ ਕਈ ਇੱਕ ਵਜੂਹਾਤ ਨੇ, ਲੇਕਿਨ ਮੈਂ ਤਿੰਨ ਵਜ੍ਹਾ ਬਿਆਨ ਕਰਾਂਗਾ। ਅੱਲਾਹ ਨੇ ਕੁਰਾਨ ਪਾਕ ਅੰਦਰ ਐਲਾਨ ਫਰਮਾਇਆ, ਜ਼ਰਾ ਤਵੱਜੋ ਕਰਿਆ ਜੇ, ਅੱਲਾਹ ਫਰਮਾਉਂਦੇ ਨੇ ਵਮਾ ਅਸਾਬਕੁਮ ਮਿਨ ਮੁਸੀਬਤਿਨ ਫਬਿਮਾ ਕਸਬਤ ਅਯਦੀਕੁਮ ਵਯਅਫੂ ਅਨ ਕਸੀਰ। ਅੱਲਾਹ ਰੱਬੁਲ ਆਲਮੀਨ ਨੇ ਕੁਰਾਨ ਪਾਕ ਅੰਦਰ ਐਲਾਨ ਫਰਮਾਇਆ, ਆਈਏ ਖਦਰਾ ਸੁਣੀਏ, ਤਵੱਜੋ ਫਰਮਾਈਏ, ਵਾਰ ਕੀ ਨੀਏ, ਅੱਲਾਹ ਦੇ ਅਜ਼ਾਬ ਦੇ ਆਉਣ ਦੀਆਂ ਤਿੰਨ ਵਜ੍ਹਾ ਮੈਂ ਥੋੜ੍ਹੇ ਜਿਹੇ ਵਕਤ ਅੰਦਰ ਅਰਜ਼ ਕਰਨਾ ਚਾਹ ਰਿਹਾ। ਪਹਿਲੀ ਵਜ੍ਹਾ ਕੀ, ਪਹਿਲੀ ਵਜ੍ਹਾ ਕੀ ਜੇ ਫਰਮਾਇਆ ਕਿ ਜਿਹੜੇ ਲੋਕ ਅੱਲਾਹ ਦਾ ਜ਼ਿਕਰ ਛੱਡ ਦਿੰਦੇ ਨੇ, ਕੁਰਾਨ ਪਾਕ ਦੀ ਤਿਲਾਵਤ ਛੱਡ ਦਿੰਦੇ ਨੇ, ਅੱਲਾਹ ਰੱਬੁਲ ਆਲਮੀਨ ਦੀ ਤਰਫੋਂ ਉਹਨਾਂ ਲੋਕਾਂ 'ਤੇ ਅਜ਼ਾਬ ਆ ਜਾਂਦਾ ਜੇ। ਦਲੀਲ ਕੁਰਾਨ ਪਾਕ ਅੰਦਰ ਅੱਲਾਹ ਫਰਮਾਉਂਦੇ ਨੇ ਵਮਨ ਆਰਦਾ ਜ਼ਿਕਰੀ فَإِنَّ لَهُ مَعِيشَةً ضَنكًا وَنَحْشُرُهُ يَوْمَ الْقِيَامَةِ أَعْمَى। ਅੱਲਾਹ ਰੱਬੁਲ ਆਲਮੀਨ ਨੇ ਫਰਮਾਇਆ, ਜਿਹੜੇ ਲੋਕ ਸਾਡਾ ਜ਼ਿਕਰ ਛੱਡ ਦਿੰਦੇ ਨੇ, ਸਾਡੇ ਜ਼ਿਕਰ ਤੋਂ ਇਰਾਦ ਕਰ ਲੈਂਦੇ ਨੇ, ਕੁਰਾਨ ਪੜ੍ਹਨਾ ਅੱਲਾਹ ਦਾ ਜ਼ਿਕਰ ਜੇ, ਕੁਰਾਨ ਅੱਲਾਹ ਦਾ ਜ਼ਿਕਰ ਜੇ, ਨਮਾਜ਼ ਅੱਲਾਹ ਦਾ ਜ਼ਿਕਰ ਜੇ, ਫਰਮਾਇਆ ਕਿ ਜਿਹੜੇ ਲੋਕ ਸਾਡੇ ਜ਼ਿਕਰ ਤੋਂ ਮੂੰਹ ਫੇਰ ਲੈਂਦੇ ਨੇ, ਅੱਲਾਹ ਫਰਮਾਉਂਦੇ ਨੇ ਉਹਨਾਂ ਲੋਕਾਂ 'ਤੇ ਫਿਰ ਅਜ਼ਾਬ ਕਿਸੇ ਸ਼ਕਲ ਅੰਦਰ ਵੀ ਆ ਸਕਦਾ, ਬਿਮਾਰੀ ਦੀ ਸ਼ਕਲ ਅੰਦਰ ਵੀ ਆ ਸਕਦਾ ਜੇ। ਹਜ਼ਰਾਤ ਗੱਲ ਸੁਣਿਆ, ਜੇ ਕੋਰੋਨਾ ਦੀ ਸ਼ਕਲ ਅੰਦਰ, ਹਜ਼ਰਾਤ ਸੈਲਾਬ ਦੀ ਸ਼ਕਲ ਅੰਦਰ ਕੋਈ ਵੀ ਸ਼ਕਲ ਹੋ ਸਕਦੀ, ਸੂਰਤ ਹੋ ਸਕਦੀ ਜੇ, ਮੈਂ ਨਹੀਂ ਜੇ ਕਰ ਰਿਹਾ, ਅੱਲਾਹ ਦਾ ਕੁਰਾਨ ਐਲਾਨ ਕਰ ਰਿਹਾ ਜੇ। ਔਰ ਅੱਗੇ ਕੀ ਫਰਮਾਇਆ, ਇਨਨਾ ਲਹੁ ਮਈਸ਼ਤਨ ਜ਼ੰਕਾ, ਐਸੇ ਲੋਕਾਂ ਦੀ ਅੱਲਾਹ ਫਰਮਾਉਂਦੇ ਨੇ ਮਾਇਸ਼ਤ ਅਸੀਂ ਤੰਗ ਕਰ ਦਿੰਦੇ ਹਾਂ, ਸੱਜੇ ਪਰੇਸ਼ਾਨੀਆਂ, ਖੱਬੇ ਪਰੇਸ਼ਾਨੀਆਂ, ਅੱਗੇ ਤੇ ਪਿੱਛੇ ਪਰੇਸ਼ਾਨੀਆਂ। ਬੰਦਾ ਸਮਝਦਾ ਸ਼ਾਇਦ ਮੇਰੇ ਫਲਾਨ ਕੰਮ ਨਾ ਕਰਨ ਦੀ ਵਜ੍ਹਾ ਤੋਂ ਘਾਟਾ ਪੈ ਗਿਆ। ਨਾ ਨਾ ਹਜ਼ਰਾਤ, ਕੋਈ ਬੰਦਾ ਕਹਿੰਦਾ ਮੈਂ ਖਾਦ ਚੀਨੀ ਡਾਲੀ ਤਾਂ ਫਸਲ ਅੱਛੀ ਨਹੀਂ ਜੇ ਹੋਈ, ਹਜ਼ਰਾਤ ਐਸੀ ਵਜ੍ਹਾ ਨਹੀਂ, ਵਜ੍ਹਾ ਏਵੇ ਅਸੀਂ ਅੱਲਾਹ ਦੇ ਜ਼ਿਕਰ ਤੋਂ ਇਰਾਦ ਕਰ ਲਏ ਹੈ, ਕੁਰਾਨ ਪਾਕ ਤੋਂ ਇਰਾਦ ਕਰ ਲਏ ਹੈ। ਅੱਲਾਹ ਫਰਮਾਉਂਦੇ ਨੇ ਜਿਹੜਾ ਬੰਦਾ ਸਾਡਾ ਜ਼ਿਕਰ ਛੱਡ ਦਿੰਦਾ ਉਹਨੂੰ ਮਾਇਸ਼ਤ ਨੂੰ ਅਸੀਂ ਤੰਗ ਕਰ ਦਿੰਦੇ ਹਾਂ, ਉਹਦੀ ਗੁਜ਼ਰਾਨ ਨੂੰ ਅਸੀਂ ਤੰਗ ਕਰ ਦਿੰਦੇ ਹਾਂ, ਉਹਦੇ ਹਾਲਾਤ ਨੂੰ ਅਸੀਂ ਤੰਗ ਕਰ ਦਿੰਦੇ ਹਾਂ, ਉਹਦੇ ਦਿਨ ਤੇ ਰਾਤਾਂ ਪਰੇਸ਼ਾਨੀਆਂ ਦੇ ਅੰਦਰ, ਹਫ਼ਤੇ ਤੇ ਮਹੀਨੇ ਗਮ ਦੇ ਅੰਦਰ ਨਹੀਂ ਸਮਝ ਆਈ। ਦਰਾ ਤਵੱਜੋ ਕਰਿਆ ਜੀ, ਅੱਲਾਹ ਫਰਮਾਉਂਦੇ ਨੇ ਕੱਲ ਕਿਆਮਤ
ਦਾ ਦਿਨ ਹੋਏਗਾ, ਐਸੇ ਲੋਕ ਅੰਧੇ ਕਰਕੇ ਉਠਾਏ ਜਾਣਗੇ, ਲੋਕ ਰੋਣਗੇ ਕਹਿਣਗੇ ਅੱਲਾ ਸੋਹਣਾ ਕੀ ਬਣ ਗਿਆ, ਅੱਲਾ ਮੈਂ ਤੇ ਦੁਨੀਆ ਤੇ ਵੇਖਿਆ ਕਰਦਾ ਸੀ ਕੀ ਬਣ ਗਿਆ। ਅੱਲਾ ਫਰਮਾਣਗੇ ਮੇਰੇ ਬੰਦਿਓ, ਦੁਨੀਆ ਤੇ ਤੁਸੀਂ ਸਾਨੂੰ ਭੁਲਾ ਛੱਡਿਆ, ਅੱਜ ਅਸੀਂ ਤੁਹਾਨੂੰ ਭੁਲਾ ਛੱਡਿਆ। ਆਓ ਹਜ਼ਰਤ ਅੱਲਾ ਦਾ ਜ਼ਿਕਰ ਕਰਿਆ ਕਰੋ, ਅੱਲਾ ਦੇ ਨਾਲ ਪਿਆਰ ਕਰਿਆ ਕਰੋ, ਕੁਰਾਨ ਪਾਕ ਦੀ ਤਿਲਾਵਤ ਕਰਿਆ ਕਰੋ। ਅੱਜ ਰੋਜ਼ਾਨਾ ਕੁਰਾਨ ਨਹੀਂ ਪੜ੍ਹਿਆ ਜਾਂਦਾ, ਡਾਈਜੈਸਟ ਪੜ੍ਹਿਆ ਜਾਂਦਾ, ਕੁਰਾਨ ਨਹੀਂ ਪੜ੍ਹਿਆ ਜਾਂਦਾ, ਅਖਬਾਰ ਪੜ੍ਹੀ ਜਾਂਦੀ, ਕੁਰਾਨ ਨਹੀਂ ਪੜ੍ਹਿਆ ਜਾਂਦਾ। ਸਾਡੇ ਬੱਚੇ ਸਕੂਲ ਰੋਜ਼ਾਨਾ ਜਾਂਦੇ ਨੇ, ਇੰਗਲਿਸ਼ ਪੜ੍ਹਦੇ ਨੇ, ਕੁਰਾਨ ਨਹੀਂ ਪੜ੍ਹਿਆ ਜਾਂਦਾ, ਸਾਇੰਸ ਦੀ ਕਿਤਾਬ ਪੜ੍ਹੀ ਜਾਂਦੀ, ਕੁਰਾਨ ਨਹੀਂ ਪੜ੍ਹਿਆ ਜਾਂਦਾ। ਦੱਸੋ ਫਿਰ ਰਹਿਮਤ ਕਿਵੇਂ ਆਏਗੀ, ਬਰਕਤ ਕਿਵੇਂ ਆਏਗੀ? ਹਜ਼ਰਤ ਪਹਿਲੀ ਵਜ੍ਹਾ ਅੱਲਾ ਦਾ ਜ਼ਿਕਰ ਛੱਡ ਦੇਣਾ, ਅੱਲਾ ਦੇ ਜ਼ਿਕਰ ਤੋਂ ਇਰਾਦ ਕਰਨਾ, ਕੁਰਾਨ ਤੋਂ ਇਰਾਦ ਕਰਨਾ। ਦੂਸਰੀ ਵਜ੍ਹਾ ਕਿਵੇਂ, ਅੱਲਾ ਰੱਬੁਲ ਆਲਮੀਨ ਦਾ ਕੁਰਾਨ ਐਲਾਨ ਕਰ ਰਿਹਾ ਜੀ। ਦੂਸਰੀ ਵਜ੍ਹਾ ਅੱਲਾ ਦੇ ਅਜ਼ਾਬ ਦੇ ਆਉਣ ਦੀ ਏ ਵੇ, ਮਸਜਿਦਾਂ ਤੋਂ ਅੱਲਾ ਦੇ ਘਰਾਂ ਤੋਂ ਲੋਕਾਂ ਨੂੰ ਰੋਕ ਦੇਣਾ, ਇਹ ਵੀ ਅੱਲਾ ਤਾਲਾ ਦੇ ਅਜ਼ਾਬ ਨੂੰ ਦਾਵਤ ਦੇਣਾ ਜੇ। ਦਲੀਲ ਕੁਰਾਨ ਪਾਕ ਅੰਦਰ ਜੇ ਅੱਲਾ ਫਰਮਾਉਂਦੇ ਨੇ, ਵਮਨ ਅਜ਼ਲਮੁ ਮਿਮਨ ਮਨਅ ਮਸਾਜਿਦ ਅੱਲਾਹ। ਅੱਲਾ ਫਰਮਾਉਂਦੇ ਨੇ ਉਸ ਬੰਦੇ ਤੋਂ ਵੱਡਾ, ਗੱਲ ਸੁਣਿਆ ਜੇ, ਉਸ ਬੰਦੇ ਤੋਂ ਬੜਾ ਕਿਹੜਾ ਜ਼ਾਲਮ ਜੇ ਜਿਹੜਾ ਲੋਕਾਂ ਨੂੰ ਅੱਲਾ ਦੇ ਘਰਾਂ ਤੋਂ ਰੋਕਦਾ, ਮਸਜਿਦ ਅੰਦਰ ਜਾਣ ਤੋਂ, ਖੁਦ ਤੇ ਪੜਦਾ ਨਹੀਂ, ਜਿਹੜਾ ਮਸਜਿਦ ਜਾ ਰਿਹਾ ਉਹਨੂੰ ਵੀ ਰੋਕ ਕੇ ਕਹਿੰਦਾ ਨਾ ਜਾਈ, ਇਹ ਭਾਬੀਆਂ ਦੀ ਮਸਜਿਦ ਏ, ਉਹ ਨਾ ਜਾਈ, ਇਹ ਮਸਜਿਦ ਦਾ ਇਮਾਮ ਇੰਜਦਾ, ਮਸਜਿਦ ਦਾ ਕਾਰੀ ਇੰਜਦਾ। ਹਜ਼ਰਤ ਮਸਜਿਦਾਂ ਤੋਂ ਰੋਕਣਾ ਅੱਲਾ ਦੇ ਅਜ਼ਾਬ ਨੂੰ ਦਾਵਤ ਦੇਣਾ, ਦਲੀਲ ਕੁਰਾਨ ਪਾਕ ਅੰਦਰ ਜੇ। ਆਈਏ ਹਜ਼ਰਤ ਸੁਣੀਏ, ਤਵੱਜੋ ਫਰਮਾਈਏ, ਗੌਰ ਕੀਜੀਏ, ਤੀਸਰੀ ਵਜ੍ਹਾ ਕੀ ਜੇ, ਅੱਲਾ ਦੀ ਜ਼ਾਤ ਦੇ ਬਾਰੇ ਬਗੈਰ ਇਲਮ ਤੋਂ ਝਗੜਾ ਕਰਨਾ, ਅੱਲਾ ਦੀ ਜ਼ਾਤ ਦੇ ਬਾਰੇ ਬਗੈਰ ਇਲਮ ਤੋਂ ਝਗੜਾ ਕਰਨਾ। ਕੋਈ ਬੰਦਾ ਕਹਿੰਦਾ ਨਹੀਂ ਜੀ, ਫੁਲਾਂ ਬਾਬਾ ਆ ਦਿੰਦਾ, ਫੁਲਾਂ ਧੀਆਂ ਦਿੰਦਾ, ਪੁੱਤ ਦਿੰਦਾ, ਨਾ ਨਾ ਹਜ਼ਰਤ, ਅੱਲਾ ਦੀ ਦਾਤ ਦੇ ਬਾਰੇ ਇਲਮ ਰੱਖਣਾ ਚਾਹੀਦਾ ਜੀ। ਝਗੜਾ ਨਹੀਂ ਕਹਿੰਦਾ, ਮੁਨਾਜ਼ਰਾ ਕਰ ਲਓ ਮੇਰੇ ਨਾਲ, ਬਾਸ ਕਰ ਲਓ ਮੇਰੇ ਨਾਲ। ਆਓ ਹਜ਼ਰਤ, ਇੰਜ ਨਹੀਂ ਜੇ ਕਰਨਾ। ਅੱਲਾ ਦਾ ਕੁਰਾਨ ਕੀ ਕਹਿ ਰਿਹਾ ਜੀ, ਫਰਮਾਇਆ ਲਿਲਾਹੀ ਮੁਲਕੁ ਸਮਾਵਾਤਿ ਵਲ ਅਰਜ਼ ਯਖਲੁਕੁ ਮਾ ਯਸ਼ਾ ਯਹਬੁ ਲਿਮਨ ਯਸ਼ਾ ਇਨਾਸਨ ਵਯਹਬੁ ਲਿਮਨ ਯਸ਼ਾ ਉਜ਼ੁਕੂਰ। ਫਰਮਾਇਆ ਲੋਗੋ, ਜ਼ਮੀਨੋ ਸਮਾਨ ਦਾ ਅੱਲਾ ਮਾਲਕ ਜੇ, ਬੇਟੇ ਅੱਲਾ ਅਦਾ ਕਰਦਾ ਜੇ, ਬੇਟੀਆਂ ਅੱਲਾ ਅਦਾ ਕਰਦਾ ਜੇ। ਅੱਲਾ ਵਾਲਾ ਬੜਾ ਪਿਆਰਾ ਤਰਜਮਾ ਕਰਦਾ ਤੇ ਕੀ ਕਹਿੰਦਾ ਜੇ, ਉਹ ਧੀਆਂ ਦੇਵੇ ਪੁੱਤ ਦੇਵੇ ਉਸ ਦੀ ਰਜ਼ਾ, ਉਹ ਕੁਝ ਵੀ ਨਾ ਦੇਵੇ ਉਹਨੂੰ ਕੌਣ ਪੁੱਛਦਾ। ਕੁਰਾਨ ਵਾਕਿਆਤ ਦੱਸੇ ਖੋਲ ਖੋਲ ਨੇ, ਸਾਰੇ ਇਖਤਿਆਰ ਮੇਰੇ ਅੱਲਾ ਕੋਲ ਨੇ। ਆਈਏ ਹਜ਼ਰਤ, ਅੱਲਾ ਦਾ ਅਦਾਬ ਆ ਜਾਏ ਕਿਸੇ ਵੀ ਸੂਰਤ ਦੇ ਅੰਦਰ, ਫਿਰ ਕਰਨਾ ਕੀ ਚਾਹੀਦਾ? ਅਗਰ ਅੱਲਾ ਦੀ ਤਰਫੋਂ ਬੰਦੇ 'ਤੇ ਅਦਾਬ ਕਿਸੇ ਕੌਮ 'ਤੇ, ਪਿੰਡ 'ਤੇ, ਸ਼ਹਿਰ 'ਤੇ ਆ ਗਿਆ, ਫਿਰ ਕਰਨਾ ਕੀ ਚਾਹੀਦਾ? ਦੋ ਕੰਮ ਕਰਨੇ ਚਾਹੀਦੇ ਅਤੇ ਗੱਲ ਮੈਂ ਮੁਕਾਉਣ ਲੱਗਾ। ਆਈਏ ਹਜ਼ਰਤ, ਦੋ ਕੰਮ ਕਰਨੇ ਚਾਹੀਦੇ ਨੇ ਅੱਲਾ ਦਾ ਅਦਾਬ ਕਿਸੇ ਵੀ ਸੂਰਤ ਦੇ ਅੰਦਰ ਆ ਜਾਏ, ਫਿਰ ਦੋ ਕੰਮ ਕਰਨੇ ਚਾਹੀਦੇ। ਪਹਿਲੇ ਨੰਬਰ 'ਤੇ ਇਸਤਗਫਾਰ ਕਰਨਾ ਚਾਹੀਦਾ। ਕੀ ਕਰਨਾ ਚਾਹੀਦਾ? ਇਸਤਗਫਾਰ। ਕੋਈ ਜ਼ਰੂਰੀ ਨਹੀਂ ਕਿ ਬੰਦਾ ਮੁਸ਼ਕਲ ਆਏ ਤਾਂ ਫਿਰ ਹੀ ਸਖਵਾਰ ਕਰਨਾ, ਹਰ ਵਕਤ ਕਰਨਾ ਚਾਹੀਦਾ, ਹਰ ਰੋਜ਼ ਕਰਨਾ ਚਾਹੀਦਾ। ਪਹਿਲੇ ਨੰਬਰ 'ਤੇ ਸਖਵਾਰ ਕਰਨਾ ਚਾਹੀਦਾ ਜੀ। ਅੱਲਾ ਦੀ ਤਰਫੋਂ ਜਦੋਂ ਵੀ ਅਜ਼ਮਾਇਸ਼ ਆਏ, ਜਨਾਬ ਅਦਾਬ ਆਏ, ਚਾਰ ਚੀਜ਼ਾਂ ਖਤਮ ਹੋ ਜਾਂਦੀਆਂ ਜੇ। ਅੱਲਾ ਫਰਮਾਉਂਦੇ ਨੇ ਜਿਹੜਾ ਬੰਦਾ ਇਸਤਗਫਾਰ ਕਰਦਾ, ਅੱਲਾ ਚਾਰ ਨਿਮਤਾਂ ਤਾਂ ਕਰ ਛੱਡੇਗਾ। ਦਲੀਲ ਕੁਰਾਨ ਪਾਕ ਅੰਦਰ ਫਰਮਾਇਆ, ਫਕੁਲ ਤਸਤਗਫਿਰੂ ਰੱਬਕੁਮ ਇਨਹੁ ਕਾਨ ਗਫਾਰਾ ਯੁ
تُرْسِلِ السَّمَاءَ عَلَيْكُمْ مِدْرَارًا اللہ فرماتے ہیں لوگوں جیڑا بندہ استغفار کرتا رہتا ہے ساڈے کولوں معافی منگتا رہتا ہے ساڈے کولوں گناہاں دی معذرت کرتا رہتا ہے اللہ فرماتے ہیں انہاں لوگوں نوں چار نعمتاں عطا کر دیاں گے حضرات جا کے دیکھو راجل پور دے علاقے اندر شراب دی وجہ نال لوکاں دے مال رُڑ گئے لوکاں دے جانور رُڑ گئے مکان رُڑ گئے کاری بنیاں نہیں نہ بسا تجری فرما میں بھی انہاں دے ہمراہ سید حسین شاہ صاحب نقوی بھی علماء کرام دا گلدستہ اس شراب دے علاقیاں دا دورہ کر کے آئے ہے رات لاکھ پتی سن دن روڈ تے بیٹھن تے مجبور ہو چکے نے رات کروڑ پتی سن جنہیں روڈ تے بیٹھے نظر آ رہے نے اللہ کو گناہاں دی معافی منگیا کر کتے ایسا نہ ہوئے تیرے تے کوئی انج دی آفت آ جائے ادھر تے اللہ دی طرف پریشانی آئی ہے میرا تیرا امتحان ہے اللہ ویکھنا چاہندا ہے ہمدردی کنی کو ہے اللہ ویکھنا چاہندا ہے اظہار کنا کو جے آؤ حضرات کامیابی چاہندے ہو تے دو کام کرنے نے پہلے نمبر تے استغفار کرنا ان دی دلیل بھی قرآن پاک اندر تے جڑا بندہ استغفار کرتا ہے نا اللہ چار نعمتاں دیندا ہے مال بھی دیندا ہے اولاد بھی دیندا ہے اللہ تعالیٰ کوٹھیاں مربع باغات بھی عطا کر دیندا ہے نمبر دو احسار کرنا چاہیے ہمدردی کرنی چاہیے ایک دوسرے دا خیال کرنا چاہیے اے دو کام کوئی ضروری نہیں بھی مشکل آئے عذاب آئے فیری کرنے ہر وقت ہی کرنے چاہیے جڑا بندہ ہے دو عمل تفصیل بڑی لمبی ہے لیکن میں گل مکان لگا اے دو عمل جڑا بندہ زندگی اندر کرتا رہتا ہے اللہ دی قسم ہے وہ بندے دی زندگی خوشحال ہے وہ بندہ زندگی اندر بھی کامیاب ہے مرن تو بعد بھی محشر دے میدان اندر کامیابی نال اللہ ہم کنار فرمائے گا اللہ کو دعا ہے جو چند باتیں میں عرض کی تھیں اللہ عمل دی توفیق عطا فرمائے وآخر دعوانا ان الحمدللہ رب العالمین